ਸੁਣਿਆ ਕਿ ਕਿਸੇ ਪੀੜਤ ਦੇ ਬੱਚੇ ਨੇ, ਕਿਸੇ ਪੀੜਤ ਦੇ ਬਾਪ ਨੇ, ਕਿਸੇ ਆਪ ਪੀੜਤ ਨੇ, ਕਿਸੇ ਦੀ ਮਾਂ ਨੇ, ਕਿਸੇ ਨੇਤਾ ਤੇ, ਪੁਲਸੀਏ ਤੇ, ਕੋਰਟ ਤੇ, ਕਚਹਿਰੀਆਂ ਤੇ ਕਿਤੇ ਕਿਰਪਾਨ ਕੱਢੀ ਹੋਵੇ। ਕਿਉਂਕਿ ਅਸੀਂ ਕਿਰਪਾਨ ਬੈਂਕ 'ਚ ਵੀ ਲਿਜਾ ਸਕਦੇ ਹਾਂ, ਪੋਸਟ ਦੇ ਵਿੱਚ ਲਿਜਾ ਸਕਦੇ ਹਾਂ, ਜਹਾਜ਼ਾਂ ਦੇ ਵਿੱਚ ਲਿਜਾ ਸਕਦੇ ਹਾਂ, ਕਿਉਂਕਿ ਸਾਰੀ ਦੁਨੀਆ ਨੂੰ ਪਤਾ ਕਿ ਸਿੱਖ ਜ਼ਿੰਮੇਦਾਰ ਆਦਮੀ ਆ, ਉਹਦੇ ਕੋਲ ਹਥਿਆਰ ਹੋਊਗਾ ਵੀ, ਫਿਰ ਵੀ ਸਾਡੇ ਕੋਲ ਕੋਈ ਆਉਣੋਂ ਡਰਦਾ ਨਹੀਂ। ਇਹ ਹਥਿਆਰ ਜੇ ਕਿਸੇ ਮੁਸਲਮਾਨ ਕੋਲ ਹੋਵੇ, ਹਿੰਦੂ ਕੋਲ ਹੋਵੇ, ਈਸਾਈ ਕੋਲ ਹੋਵੇ, ਅਗਲੇ ਨੇ ਡਰਨਾ ਕਿ ਆ ਬੰਦਾ ਕਿਉਂ ਖੜਾ ਕਿਰਪਾਨ ਲੈ ਕੇ, ਪਰ ਉਹਨਾਂ ਨੂੰ ਪਤਾ ਕਿ ਜੇ ਸਿੱਖ ਕੋਲ ਹੈ ਤਾਂ ਉਹ ਨਜਾਇਜ਼ ਨਹੀਂ ਕੰਮ ਕਰੂਗਾ। ਗੱਲ ਕਿਉਂ ਕਰ ਰਹੇ ਹਾਂ, ਕੱਲ੍ਹ ਦਿੱਲੀ ਦੇ ਵਿੱਚ ਇੱਕ ਕੰਮ ਹੋਇਆ, ਪੁਲਿਸ ਵਾਲਿਆਂ ਨੇ ਕਿਸੇ ਸਿੱਖ ਡਰਾਈਵਰ ਨੂੰ ਰੋਕਿਆ। ਉਸ ਸਿੱਖ ਡਰਾਈਵਰ ਦਾ ਕੰਮ ਨਹੀਂ ਸੀ ਕਿਰਪਾਨ ਕੱਢਣ ਦਾ, ਉਸ ਡਰਾਈਵਰ ਨੇ ਪੂਰੇ ਰਸਤੇ ਦੇ ਵਿੱਚ ਇਹ ਬਹਾਦਰੀ ਵਾਲਾ ਕੰਮ ਨਹੀਂ ਕੀਤਾ, ਇਹ ਸਾਨੂੰ ਬਦਨਾਮ ਕਰਨ ਵਾਲਾ ਕੰਮ ਆ। ਕਿਰਪਾਨ ਕੱਢ ਕੇ ਰਸਤੇ ਦੇ ਵਿੱਚ ਤੁਸੀਂ ਪੁਲਿਸ ਵਾਲਿਆਂ ਦੇ ਮਗਰ ਦੌੜ ਰਹੇ ਹੋ, ਮੈਨੂੰ ਤੁਸੀਂ ਦੱਸੋ ਅੰਮ੍ਰਿਤਧਾਰੀ ਬੰਦਾ ਜੇ ਪੰਜਾਬ ਦੇ ਵਿੱਚ ਵੀ ਨਹੀਂ ਮੈਂ ਦੇਖਿਆ ਕਿ ਕੋਈ ਅੰਮ੍ਰਿਤਧਾਰੀ ਬੰਦਾ ਕਿਤੇ ਪੁਲਿਸੀਏ ਨੇ ਰੋਕਿਆ ਹੋਵੇ ਤਾਂ ਉਸ ਅੰਮ੍ਰਿਤਧਾਰੀ ਬੰਦੇ ਨੇ ਕਿਤੇ ਕਿਰਪਾਨ ਕੱਢ ਕੇ ਪੁਲਿਸ ਵਾਲਿਆਂ ਦੇ ਮਗਰ ਦੌੜੀ ਹੋਵੇ। ਅਗਲੇ ਨੇ ਯਾਰ ਕੱਢ ਕੱਢ ਭੂਤਰ ਬਣਾ ਦੇਣਾ ਪੰਜਾਬ ਪੁਲਿਸ ਨੇ। ਮੇਰੇ ਇਹ ਨਹੀਂ ਸਮਝ ਲੱਗਦੀ, ਦੁਨੀਆਂ ਦੇ ਤੁਸੀਂ ਕਿਸੇ ਹੀ ਦੇਸ਼ ਦੇ ਵਿੱਚ ਚਲੇ ਜਾਓ, ਤੁਸੀਂ ਉਹਨਾਂ ਦੀ ਪੁਲਿਸ ਦੇ ਮਗਰ ਯਾਰ ਲਿਜਾ ਕੇ ਤੁਸੀਂ ਕਿਰਪਾਨਾਂ ਕੱਢ ਕੇ ਦੌੜੋਗੇ, ਵਜ੍ਹਾ ਜੋ ਮਰਜ਼ੀ ਹੋਵੇ, ਫਿਰ ਅਗਲੇ ਨੇ ਆਰਤੀ ਉਤਾਰਨੀ ਆ ਯਾਰ ਤੁਹਾਡੀ। ਫਿਰ ਤੁਸੀਂ ਯਾਰ ਕਹਿੰਦੇ ਹੋ ਕਿ ਨਹੀਂ ਜੀ ਫੇਸਬੁੱਕਾਂ ਤੇ ਹੋਇਆ ਜੀ ਸਿੱਖ ਨੂੰ ਕੁੱਟਿਆ, ਸਿੱਖ ਨੂੰ ਕੁੱਟਿਆ। ਪਹਿਲਾਂ ਆਪਣੇ ਮੰਜੇ ਥੱਲੇ ਵੀ ਡਾਂਗ ਫੇਰੀਏ ਨਾ ਯਾਰ, ਪਹਿਲਾਂ ਇਹ ਵੀ ਦੇਖੀਏ ਨਾ ਕਿ ਸਾਡੀ ਗਲਤੀ ਕਿੱਥੇ ਹੁੰਦੀ ਆ। ਇਹ ਕਿਰਪਾਨ ਸਾਨੂੰ ਗੁਰੂ ਮਹਾਰਾਜ ਨੇ ਇਸ ਲਈ ਨਹੀਂ ਦਿੱਤੀ, ਉਹ ਜੇ ਜ਼ੁਲਮ ਨਾਲ ਲੜਨ ਨੂੰ ਦਿੱਤੀ ਉਹ ਆ। ਜ਼ੁਲਮ ਉਹ ਕਿ ਚਲੋ ਜੀ ਹੁਣ ਬਿਲਕੁਲ ਜਾਨ ਤੇ ਬਣ ਆਈ ਆ, ਹੁਣ ਕੋਈ ਰਸਤਾ ਨਹੀਂ ਹੈ, ਹੁਣ ਬਸ ਸਾਰੇ ਰਸਤੇ ਬੰਦ ਹੋ ਗਏ, ਹੁਣ ਸਿਰਫ ਕਿਰਪਾਨ ਨਾਲ ਗੱਲ ਬਣ ਸਕਦੀ ਆ, ਤਾਂ ਜਾ ਕੇ ਅਸੀਂ ਕਿਰਪਾਨ ਚੱਕਣੀ ਆ। ਉਹ ਵੀ ਕਿਸੇ ਗਰੀਬ ਨੂੰ ਬਚਾਉਣ ਖਾਤਰ, ਕਿਸੇ ਮਜ਼ਲੂਮ ਨੂੰ ਜਮਾਉਣ ਖਾਤਰ। ਇਹ ਨਹੀਂ ਕਿ ਪੁਲਸੀਏ ਨੇ ਰੋਕਿਆ ਤੁਹਾਨੂੰ 200 ਮੰਗ ਲਿਆ ਤੁਸੀਂ ਕਿਰਪਾਨ ਕੱਢ ਕੇ ਦਿਖਾ ਦਿਓ, ਕਿਸੇ ਪੁਲਸੀਏ ਨੇ ਸੰਸ ਮੰਗ ਲਿਆ ਤੁਸੀਂ ਕਿਰਪਾਨ ਖੋਲ ਕੇ ਦਿਖਾ ਦਿਓ, ਸਾਰੀ ਫੇਸਬੁੱਕ ਇੰਸਟਾਗ੍ਰਾਮ ਤੁਸੀਂ ਭਰਿਆ ਪਿਆ ਗਾਲਾਂ ਕੱਢ ਰਹੇ ਹੋ ਪੁਲਿਸ ਦੀ। ਯਾਰ ਗਲਤੀ ਤੁਸੀਂ ਮੈਨੂੰ ਦੱਸੋ, ਪੰਜਾਬ ਪੁਲਿਸ ਦੇ ਮਗਰ ਕੋਈ ਕਿਰਪਾਨ ਲੈ ਕੇ ਦੌੜੂਗਾ, ਤੁਸੀਂ ਯਾਰ ਆਰਤੀ ਕਰੋਗੇ ਉਹਦੀ? ਪੂਰੀ ਦੁਨੀਆ ਦੇ ਵਿੱਚ ਕਿਸੇ ਹੀ ਦੇਸ਼ ਦੇ ਵਿੱਚ, ਕਿਸੇ ਹੀ ਮੁਲਕ 'ਚ ਤੁਸੀਂ ਚਲੇ ਜਾਓ, ਜੇ ਅਗਲੇ ਨੇ ਤੁਸੀਂ ਯਾਰ ਅਗਲੇ ਦੇ ਮਗਰ ਕਿਰਪਾਨਾਂ ਲੈ ਕੇ ਦੌੜੂਗੇ ਤਾਂ ਅਗਲੇ ਨੇ ਤੁਹਾਡੀ ਆਰਤੀ ਕਰਨੀ ਆ। ਵਜ੍ਹਾ ਜੋ ਮਰਜ਼ੀ ਹੋਵੇ, ਕਾਨੂੰਨ ਜਾਓ ਨਾ ਯਾਰ, ਤੁਹਾਡੇ ਤੋਂ ਚੰਗੇ ਤਾਂ 84 ਵਾਲੇ ਵਿਚਾਰੇ ਬਚੇ ਹੋ ਜਿਹਨੇ ਅੱਜ ਤੱਕ ਕਿਰਪਾਨ ਨਹੀਂ ਚੱਕੀ। ਸ਼ਰਮ ਵਾਲੀ ਗੱਲ ਆ ਯਾਰ।